ਸਸਕਾਲ ਜੀ ਸਾਰਿਆਂ ਨੂੰ ਸੋ ਬਹੁਤ ਵੱਡੀ ਖੁਸ਼ਖਬਰੀ ਆਈ ਇੱਕ SSC ਚੰਡੀਗੜ੍ਹ ਦੇ ਐਡਮਿਟ ਕਾਰਡਸ ਆਊਟ ਹੋ ਗਏ ਆ एग्जाम ਡੇਟ 10 ਦਸੰਬਰ 2022 ਸ਼ਨੀਵਾਰ ਨੂੰ एग्जाम ਹੋਏਗਾ 2.5 ਘੰਟੇ ਦੀ एग्जाम ਡਿਊਰੇਸ਼ਨ ਹੈ 10:30 ਵਜੇ ਤੋਂ ਲੈ ਕੇ 1 ਵਜੇ ਤੱਕ ਸੋ 10 ਵਜੇ ਤੱਕ ਪਹੁੰਚੋ ਠੀਕ ਹੈ ਜੀ ਉਸ ਤੋਂ ਬਾਅਦ ਐਂਟਰੀ ਬੰਦ ਹੋ ਜਾਂਦੀ ਆ ਠੀਕ ਹੈ ਜੀ ਸੋ ਐਡਮਿਟ ਕਾਰਡ ਲੈ ਕੇ ਜਾਓ ਆਪਣਾ ਕਲੀਅਰਲੀ ਨਿਕਾਲ ਕੇ ਉਹਦੇ ਤੇ ਇੱਕ ਅਟੈਸਟਿਡ ਫੋਟੋਗ੍ਰਾਫ ਲਗਾ ਲੈਣਾ ਉਹਦੀ ਸਪੇਸ ਬਣੀ ਹੋਊਗੀ ਨਾਲ ਤੁਸੀਂ ਆਪਣੇ ਇੱਕ ਆਈਡੀ ਪ੍ਰੂਫ ਲੈ ਕੇ ਜਾਣਾ ਆ ਵੋਟਰ ਕਾਰਡ ਪੈਨ ਕਾਰਡ ਆਧਾਰ ਕਾਰਡ ਠੀਕ ਹੈ ਕੁਝ ਵੀ ਆਈਡੀ ਪ੍ਰੂਫ ਜਿਹੜਾ ਲਿਜਾ ਸਕਦੇ ਆ ਤੁਸੀਂ ਠੀਕ ਹੈ ਐਗਜ਼ਾਮ ਵਿੱਚ ਕੋਈ ਵੀ ਡਿਜੀਟਲ ਡਿਵਾਈਸ ਨਹੀਂ ਲੈ ਕੇ ਜਾਣਾ ਕੋਈ ਕੈਲਕੂਲੇਟਰ ਨਹੀਂ ਕੋਈ ਲੈਪਟਾਪ ਨਹੀਂ ਕੋਈ ਇਅਰਿੰਗਸ 골ਡ ਦਾ ਵੀ ਕੁਝ ਨਹੀਂ ਹੋਣਾ ਚਾਹੀਦਾ ਆਦਰਵਾਇਜ਼ ਸਟੂਡੈਂਟਸ ਕੀ ਆ ਲੈ ਜਾਂਦੇ ਆ ਉੱਥੇ ਜਾ ਕੇ ਪ੍ਰੋਬਲਮ ਆ ਜਾਂਦੀ ਆ ਠੀਕ ਹੈ ਸੋ 10 ਦਸੰਬਰ 2022 ਨੂੰ SSC ਚੰਡੀਗੜ੍ਹ ਦਾ ਐਗਜ਼ਾਮ ਹੋਏਗਾ 2.5 ਘੰਟੇ ਦਾ ਪੇਪਰ 10:30 ਵਜੇ ਤੋਂ ਲੈ ਕੇ 1 ਵਜੇ ਤੱਕ ਐਗਜ਼ਾਮ ਤੋਂ 15 ਮਿੰਟ ਪਹਿਲੇ ਪਹੁੰਚਣਾ ਕੰਪਲਸਰੀ ਹੈ ਠੀਕ ਹੈ ਜੀ ਸੋ ਤਿਆਰੀ ਚੱਲਦੀ ਪਈ ਆ ਸਾਡੇ ਰਿਜ਼ਲਟ ਗੁਰੂ ਚੈਨਲ ਤੇ ਬਹੁਤ ਜ਼ੋਰਾਂ ਸ਼ੋਰਾਂ ਨਾਲ ਤਿਆਰੀ ਚੱਲ ਰਹੀ ਆ ਠੀਕ ਹੈ ਹਰ ਸਬਜੈਕਟ ਦੀ ਪ੍ਰੈਪਰੇਸ਼ਨ ਬਹੁਤ ਅੱਛੇ ਤਰੀਕੇ ਨਾਲ ਕਰਵਾਈ ਜਾ ਰਹੀ ਹੈ ਸੋ ਸਟੂਡੈਂਟਸ ਪਲੀਜ਼ ਚੈਨਲ ਨੂੰ ਫੋਲੋ ਕਰੋ ਔਰ ਆਪਣੇ ਐਡਮਿਟ ਕਾਰਡਸ ਡਾਊਨਲੋਡ ਕਰ ਸਕਦੇ